ਅਦਾਕਾਰਾ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਉਸ ਸਮੇਂ ਵੱਧ ਗਈਆਂ ਜਦੋਂ ਸਪਨਾ ਚੌਧਰੀ ਨੂੰ ਇੱਕ ਪ੍ਰੋਗਰਾਮ ਲਈ ਪੈਸੇ ਦਿੱਤੇ ਗਏ ਸੀ ਅਤੇ ਸਪਨਾ ਚੌਧਰੀ ਵੱਲੋਂ ਉਸ ਪ੍ਰੋਗਰਾਮ ਨੂੰ ਰੱਦ ਕਰਵਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਟਿਕਟਾਂ ਖਰੀਦਣ ਵਾਲਿਆਂ ਦੇ ਵੀ ਪੈਸੇ ਵਾਪਸ ਨਹੀਂ ਕੀਤੇ ਗਏ ਸੀ, ਜਿਸ ਕਾਰਨ ਅਦਾਲਤ ਵੱਲੋਂ ਸਪਨਾ ਚੌਧਰੀ ਤੇ ਇਸ ਅਪਰਾਧਿਕ ਮਾਮਲੇ ਦੇ ਚਲਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਹ ਮਾਮਲਾ 2018 ਦਾ ਹੈ, ਜਿਸ ਦੀ ਅਗਲੀ ਸੁਣਵਾਈ 22 ਨਵੰਬਰ 2021 ਨੂੰ ਹੋਵੇਗੀ। ਸਪਨਾ ਦੇ ਨਾਲ ਨਾਲ ਪ੍ਰਬੰਧਕਾਂ ਤੇ ਵੀ ਕੇਸ ਦਰਜ ਕੀਤਾ ਗਿਆ ਹੈ। 14 ਅਕਤੂਬਰ 2018 ਨੂੰ ਸਬ ਇੰਸਪੈਕਟਰ ਫਿਰੋਜ਼ ਖਾਨ ਵੱਲੋਂ ਇਸ ਕੇਸ ਦੀ FIR ਦਰਜ ਕੀਤੀ ਗਈ ਸੀ। 13 ਅਕਤੂਬਰ 2018 ਨੂੰ ਡਾਂਸ ਪ੍ਰੋਗਰਾਮ ਸੀ, ਜਿਸ ਦੇ ਚਲਦੇ ਸਪਨਾ ਚੌਧਰੀ ਨੂੰ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਵੀ ਦੱਸੀਏ ਕਿ ਸਪਨਾ ਵੱਲੋਂ ਅਦਾਲਤ ਨੂੰ ਡਿਸਚਾਰਜ ਅਰਜੀ ਦਿੱਤੀ ਗਈ ਸੀ ਅਤੇ ਅਦਾਲਤ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਹੁਣ 22 ਨਵੰਬਰ ਨੂੰ ਉਸ ਦੀ ਸੁਣਵਾਈ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਸਪਨਾ ਖਿਲਾਫ ਕੀ ਕਾਰਵਾਈ ਕਰਦੀ ਹੈ। ਇਸ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਕਮੈਂਟ ਕਰਨਾ ਨਾ ਭੁੱਲਿਓ। BM ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ, 21 ਸਾਲ ਦੀ ਤਪੱਸਿਆ ਦੇ ਨਾਲ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ। ਬਿਜ਼ਨਸ ਦੇ ਵਿੱਚ ਹੋਵੇ ਰੁਕਾਵਟ, ਪਤੀ ਪਤਨੀ ਦੇ ਵਿੱਚ ਹੋਵੇ ਅਨਬਨ, ਲਵ ਮੈਰਿਜ ਦਾ ਹੋਵੇ ਮੈਟਰ ਤੇ ਭਾਵੇਂ ਮੈਟਰ ਹੋ ਗਰਲਫ੍ਰੈਂਡ ਦਾ, ਜ਼ਮੀਨੀ ਵਿਵਾਦ, ਵਿਦੇਸ਼ੀ ਯਾਤਰਾ ਦੇ ਵਿੱਚ ਹੋਵੇ ਰੁਕਾਵਟ, ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ। ਸੰਪਰਕ ਕਰੋ 6377767679 BM ਗੁਰੂ ਜੀ ਵਸ਼ੀਕਰਨ ਸਪੈਸ਼ਲਿਸਟ, ਹਰ ਇੱਕ ਮੁਸ਼ਕਿਲ ਦਾ ਸਮਾਧਾਨ ਸਿਰਫ 11 ਘੰਟੇ ਦੇ ਵਿੱਚ।